ਅਸਲਾਮ ਅਸਾਂ ਇੱਕ ਹੋਰ ਜਗ੍ਹਾ ਪਰ ਨਵੀਂ ਵੀਡੀਓ ਨਾਲ ਮਿਲਦੇ ਹਾਂ। ਥੋੜਾ ਅੱਗੇ ਤੱਕ ਤੁਸੀਂ ਦੱਸਿਆ ਸੀ ਨਾ ਤੱਕੋ ਮੈਂ ਤੁਸੀਂ ਦੱਸਣਾ ਆ ਔਰ ਮਾਸ਼ਾ ਅੱਲਾਹ ਚੈਨਲ ਸਬਸਕ੍ਰਾਈਬ ਕਰੋ ਅੱਗੇ ਲਾਈਕ ਕਰੋ ਕਮੈਂਟਸ ਕਰੋ ਥੈਂਕ ਯੂ ਸੋ ਮਚ। ਹਾਂ ਹਾਂ ਬਰਾਬਰ ਅਰਨੋ ਜਿਹੜਾ ਉਹ ਖਲਦਾ ਵਾ ਜੀ। ਠੀਕ ਹੈ ਠੀਕ ਹੈ ਠੀਕ ਹੈ ਉਹ ਬੁੰਦੇ ਸੁਣਾ ਜੀ ਇਹ ਅਰਸਾਨ ਜੀ ਖਲੋ ਜੀ ਮੈਂ ਜ਼ੂਮ ਕਰ ਦੱਸਣਾ ਇਹ ਖਲਦਾ ਵਾ ਜੀ ਸਹੀ ਹੈ ਬਹੁਤ ਹੈ ਤਾਜ਼ਾ ਤਾਜ਼ਾ ਲੱਗਾ ਜੀ ਇਧਰ ਤੂੰ ਇਧਰ ਇਸ ਸਾਈਡ ਪਰ ਬਿਲਕੁਲ 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 ਉਹ ਤੱਕ ਇਹ ਬਰਾਬਰ ਕਰਨਾ ਠੀਕ ਹੈ ਇਹ ਲੁੱਕ ਆਫਟਰ ਕਰਨਾ ਜਗ੍ਹਾ ਨਹੀਂ ਉਹ ਜੀ ਅਰਸਾਨ ਜੀ ਇਹ ਜਗ੍ਹਾ ਵੈ ਨਾ ਪਾਕਿਸਤਾਨ ਸਾੜੇ ਉਹ ਜੰਗਲ ਬਣੀ ਜਾਏ ਨਾ ਜੀ ਕਸਮ ਹੈ ਜੀ ਜੰਗਲ ਬੂਟੇ ਲਾਉਣ ਜੀ ਇੱਥੇ ਇਤਨਾ ਜ਼ਬਰਦਸਤ ਉਹ ਘਰ ਕਬਜ਼ੇ ਤੱਕੀ ਸਕਦੇ ਹੋ ਜੀ ਅੱਗੇ ਪਿੱਛੇ ਤੁਸੀਂ ਤੱਕੀ ਸਕਦੇ ਹੋ ਤੇ ਨਾਲ ਤੁਸੀਂ ਜੀ ਜ਼ਿਆਨ ਜੀ ਰੱਖੋ ਕੈਮਰਾ ਤੇ ਮੈਂ ਅੱਗੇ ਟੁਰਨਾ ਆ ਨਾਲ ਕਾਫੀ ਲਾਉਣਾ ਇਸ ਤਰ੍ਹਾਂ ਕਿ ਵੀ ਚੰਨੇ ਰਿਹਾ ਠੀਕ ਹੈ ਵੀਡੀਓਸ ਬਣ ਸਰ ਆਇਆ ਬਹੁਤ ਵੀਡੀਓ ਬਣ ਸੰਜੀ ਜਿਆਨ ਜੀ ਬਹੁਤ ਵੀਡੀਓ ਤੱਕ ਹੀ ਸਕਦੇ ਹੋ ਇਹ ਜਗ੍ਹਾ ਸਾਰੀ ਜਗ੍ਹਾ ਇਹ ਤੁਸੀਂ ਕੀ ਬਹੁਤ ਹੀ ਅੱਛੀ ਮਤਲਬ ਮਜ਼ਾ ਇਸ ਅਸਮਾਨ ਤੇ ਜਾਣਾ ਚਾਹੇ ਉਸ ਕਾਰਨਰ ਪਰ ਜਾਣਾ ਚਾਹੇ ਆ ਜਿਹੜੇ ਸਿੱਧਾ ਰੱਖੇ ਕਿ ਜੀ ਫੋਨ ਕੀ ਸਿੱਧਾ ਨਹੀਂ 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 ਉਸ ਤਰ੍ਹਾਂ ਜਿਸ ਤਰ੍ਹਾਂ ਕਿ ਜ਼ੂਮ ਆਊਟ ਕਰਨਾ ਹੈ ਉਹ ਜਗ੍ਹਾ ਦੱਸੋ ਜੀ ਉਹ ਜਗ੍ਹਾ ਉਹ ਕਾਰਨਰ ਦੱਸੋ ਉਹ ਲਾਸਟ ਵਾਲਾ ਕਾਰਨਰ ਉਹ ਤੱਕੋ ਜੀ ਉਹ ਕਾਰਨਰ ਉਹ ਕਾਰਨਰ ਬਿਲਕੁਲ ਅਸਾਂ ਉੱਥੇ ਹੀ ਸੀ ਹਾਂਜੀ ਬਿਲਕੁਲ ਉੱਥੇ ਅਸਾਂ ਗਏ ਹੋਏ ਸੀ ਉੱਥੋਂ ਅਸਾਂ ਟੁਰੀ ਤੇ ਇੱਧਰ ਆਏ ਹਾਂ ਠੀਕ ਹੈ ਚਲੋ ਜੀ ਅੱਗੇ ਲਓ ਚਲੋ ਜੀ ਇਹ ਗੰਦੀ ਜਗ੍ਹਾ ਹੈ ਜੀ ਇਹ ਕੋ ਨਹੀਂ ਜਗ੍ਹਾ ਜੀ ਸਾਫ਼ ਵਾਪਸ ਹੋ ਜੂਰੋ ਤੋ ਨਹੀਂ ਤੋ ਅਗਰ ਨਾ ਤੱਕਾ ਅਗਰ ਵਾਪਸ ਜੂਰੋ ਕੀ ਮੈਂ ਸਮਝ ਯਾ ਕੋ ਬੁੰਦ ਕੋ ਝੁੱਲੇ ਆ ਗਏ ਲਿਖਿਆ ਹੋਇਆ ਸੀ ਇਕਨੀਲ ਡੁਏ ਕਹਨੇ ਸੇ ਇਕਨੀਲ ਡੁਏ ਉਹ ਏਰੀਆ ਆਇਆ ਤਾਂ ਉੱਥੇ ਹੀ ਜਾਣਾ ਸੀ ਅਸਾਂ ਅੱਗੇ ਤੱਕ ਟੁਰਨੇ ਹਾਂ ਕੋਈ ਨਹੀਂ ਮਸਲਾ ਅਸਲੀ ਇਹ ਅਸਾਂ ਉਸ ਤਰ੍ਹਾਂ ਟੁਰਨੇ ਆ ਜਾਂ ਅਸਾਂ ਕਾ ਵਿੱਚ ਅਸਲੀ ਗੰਦ ਕੋਈ ਨਹੀਂ ਉਹ ਨਹੀਂ ਆਦਾ ਨਹੀਂ ਨਹੀਂ ਤੱਕੇ ਤਾਂ ਟੁਰਸ ਤੱਕੇ ਤਾਂ ਟੁਰਸ ਬਹੁਤ ਕਲਾਸੀ ਜਗ੍ਹਾ ਹੈ ਇਨਸ਼ਾਅੱਲਾ ਤੁਸੀਂ ਮਜ਼ੇ ਮਜ਼ੇ ਦੀ ਜਗ੍ਹਾ ਦੇਖਣ ਤਾਂ ਤੂੰ ਪਰੋ ਜੀ ਲੋਈ ਇੰਗਲੈਂਡ ਕੀ ਐਕਸਪਲੋਰ ਕਰ ਸੋ ਔਰ ਨਾਈਸ ਗਰੀ ਤਾਂ ਗੁੱਡ ਗਰੀ ਤਾਂ ਇਨਸ਼ਾਅੱਲਾ ਤੁਸੀਂ ਮਾੜਾ ਸਾਥ ਦਿਓ ਸਬਸਕ੍ਰਾਈਬ ਕਰੋ ਮਾੜਾ ਚੈਨਲ ਲਾਈਕ ਕਰੋ ਵਿਊ ਕਰੋ ਕਮੈਂਟ ਕਰੋ ਅਤੇ ਇੱਥੇ ਮੈਂ ਪਿੱਛੇ ਦੋ ਤਾਂ ਕਿ ਸਰਨੋ ਕਿ ਥੋੜਾ ਰਸਤੇ ਵਿੱਚ ਉਹ ਸ਼ੀਪ ਨੇ ਜਿਹੜੇ ਨਾ ਤੇ ਗੋਬਰ ਵਗੈਰਾ ਪਿਆ ਵਾ ਅੱਛਾ ਅੱਛਾ ਬੇਨਿਆ ਬੇਨਿਆ ਉਹ ਜੀ ਕਹਿਣਾ ਬੇਨਿਆ ਜੀ ਦੇਖੋ ਇਸ ਕੋਈ ਬੰਦੇ ਹਰ ਬੈਂਚ ਪਰ ਨਾਂ ਲਿਖਿਆ ਹੋਣਾ ਨਾ ਉਸ ਨਾ ਐਸ ਸਲਿਪ 1947 20 2012 ਬੰਦਾ ਆਇਆ ਜਿਹੜਾ ਮਤਲਬ 2012 ਇਸ ਫੋਟੋ ਹੀ ਹੈ ਸੋਸਨ ਓਏ ਹਾਂ ਇਹ ਥੱਲੇ ਐਸ ਸਲਿਪ ਨੋ ਹੈ ਉਸ ਨੂੰ ਹਾਂ ਉੱਪਰ ਕੇ ਨਹੀਂ ਆ ਇਹ ਤਾਂ ਕੋਈ ਜੀ ਸੂਜ਼ਨ ਆਲਡਾ ਇਨ ਆਇਆ ਤਾਂ ਫਿਰ ਇਹ ਨਾ ਨਾ ਮਤਲਬ ਪੈਦਾ ਹੋਇਆ ਇਸ ਇਹ ਉਸ ਬੰਦੇ ਨਾਂ ਸੀ ਜੀ ਤੇ 1947 ਚ ਪੈਦਾ ਹੋਇਆ ਸਲੀਪ ਮਤਲਬ ਸੁੱਤੇ ਹੋਏ
2012 ਵਿੱਚ ਫੋਟ ਹੋਈ ਹੈ ਐਸ ਸਲਿਪ ਮੀਨ ਕਿ ਉਸ ਲੈ ਸੁੱਤੇ ਸੀ ਆ ਬੇਨ ਹੋ ਰਿਹਾ ਸੀ ਤੇ ਉਸ ਬੰਦੇ ਇਸ ਜਗ੍ਹਾ ਕੀ ਇੱਥੇ ਬੈਂਚ ਲਾਇਆ ਉਸ ਇਹ ਬਹੁਤ ਹੀ ਮਤਲਬ ਕੁਆਇਟ ਏਰੀਆ ਆ ਬਿਲਕੁਲ ਕੋਈ ਬੰਦਾ ਕੋਈ ਬੰਦੇ ਨਹੀਂ ਜ਼ਾਤ ਨਹੀਂ ਇੱਧਰ ਬਿਲਕੁਲ ਤੁਸੀਂ ਕੀ ਹਰ ਜਗ੍ਹਾ ਖਾਮੋਸ਼ੀ ਲਬਸੀ ਤੇ ਬੜੇ ਨਾਈਸ ਏਰੀਆ ਦੀ ਸੁਣੀ ਉਹ ਵਿੱਚ ਇੱਧਰ ਉਹ ਕੋ ਪਤਾ ਨਹੀਂ ਜੀ ਉਹੀ ਸਾਡੀ ਗੇੜਿਆ ਗੁਰੂ ਅੱਛਾ ਇੱਧਰ ਰੱਖੋ ਜੀ ਇੱਕ ਮਿੰਟ ਤੱਕ ਹੀ ਦੱਸ ਰਹੇ ਹਾਂ ਕਿ ਆਪਦਾ ਕੋਈ ਬੇਨੀ ਸੁਣੀ ਜਾਬ ਨਹੀਂ ਜਾ ਰਹੇ ਅੰਦਰ ਚਲੋ ਜੀ ਜੁਲੋ ਫਿਰ ਕੀ ਹੋਈ ਸਕਣਾ ਝਾੜੀਆਂ ਝਾੜੀਆਂ ਜੀ ਉਹ ਬੰਦ ਰੱਖਿਆ ਉਹਨੇ ਜੀ ਤੱਕੀ ਸਕਦੇ ਹਾਂ ਜੀ ਅਸਾਂ ਉਧਰ ਐਸੀ ਜਗ੍ਹਾ 'ਚ ਆਏ ਹਾਂ ਜੀ ਬੰਦ ਕਰੋ ਜੀ ਗੇਟ ਬੰਦ ਕਰੋ ਸੋ ਜੀ ਨਾ ਖੋਲੋ ਜੀ ਨਾ ਖੋਲੋ ਨਾ ਖੋਲੋ ਅਦੂ ਤੱਕ ਨੇ ਆ ਅਚੋ 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 ਨਹੀਂ 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 ਉਧਰ ਨਾ ਜੁਰ ਅੱਛਾ ਸੁਣੋ ਨਾ ਸਹੀ ਗੱਲ ਸਮਝ ਜੁਰ ਆਰੋ ਨਾ ਅਸ ਦੀ ਸਲੈਸ ਸ਼ਾਮ ਨਾ ਟਾਈਮ ਅੰਤਰ ਅਸਾਂ ਲੱਕੀ ਇਧਰ ਹੀ ਜੁਨੇ ਅਗਰ ਇਹ ਲਾਇਆ ਵਾਨੇ ਨੂੰ ਜੀ ਬੋਰਡ ਜਿਆ ਤਾਂ ਜਿਉਂਦੇ ਨੇ ਲੋਕ ਅਗਾ ਤੱਕ ਹੋ ਜੀ ਅਗਾ ਅਗਾ ਲੋ ਜੀ ਕਿੰਦਾ ਲੋਕ ਹੈ ਤਾਂ ਥੋੜਾ ਜਿਹਾ ਸਾਂ ਹੁਣ ਥੋੜਾ ਜਿਹਾ ਸਾਂ ਜੀ ਉਹ ਹੋ ਗਈ ਜੀ ਨਾ ਜੂਸ ਜੂਸ ਜੀ ਜੀ ਇਧਰ ਅਸ਼ੋ ਇਧਰ ਉਹਦਾ ਬਹਿਨੇ ਨੂੰ ਉਹਦੇ ਬਹਿਨੇ ਨੇ ਜੀ ਹੱਥ ਕਰੋ ਉਹ ਜਾ ਕੁਦਰ ਜਾ ਲਿਖਿਆ ਵਾ ਜੀ ਇੱਥੇ ਬੋਲ ਕੋਈ ਚੀਜ਼ ਤੇ ਹੀ ਨਾ ਚੀਜ਼ ਯਾਰ ਜੁਲਟੀ ਨਾ ਯਾਰ ਲੰਗੀ ਜੂਸ ਹਾਂ ਅਲਾ ਉਸ ਪਾਸੇ ਨਿਕਲੇ ਨਾ ਜਿੰਨ ਤੱਕ ਉਹਨਾਂ ਜੰਗਲ ਆ ਨਾ ਵੀ ਨਾ ਜੰਗਲ ਰਾਜ ਉਹਨਾਂ ਨੇ ਯਾਰ ਉਹ ਹੈ ਤੱਕ ਉਹਦਾ ਕੀ ਹੋਇਆ ਸੀ ਜੀ ਉਹ ਇੱਥੇ ਚੀਜ਼ ਨਾ ਪਲਾਂਟ ਕੀਤਾ ਹਾਂ ਤੂੰ ਜੰਮਸਨ ਹੈ ਨਾ ਆ ਤਾਂ ਕੋਈ ਦੋ ਬੰਦੇ ਟੁਰਨੇ ਅੱਗੇ ਮੈਂ ਵੀ ਜਗ੍ਹਾ ਦੱਸੋ ਜੀ ਦੱਸੋ ਜੀ ਸਪੇਸ ਸਾਰੀ ਮੈਂ ਦੱਸਣਾ ਹੈ ਜੀ ਜਗ੍ਹਾ ਦੱਸੋ ਇੱਥੇ ਅੱਛੋ ਜੀ ਸਾਰੇ ਬੰਦੇ ਕੋਈ ਬੰਦਾ ਅਜੇ ਤੱਕ ਨਹੀਂ ਆਇਆ ਮਾਸ਼ਾ ਅੱਲਾ ਇਹ ਸਾਰੀ ਫੈਮਿਲੀ ਦੀ ਸਾਰੇ ਬੰਦੇ ਤੱਕੋ ਤੇ ਐਸੋ ਜੀ ਇਹਨਾਂ ਜਗ੍ਹਾ ਸ਼ੁਕ ਸਾਹਿਬ ਭੂ ਕਲਾਸ ਜਗ੍ਹਾ ਹੈ ਇਹ ਗੱਲ ਸੁਣੋ ਨਾ ਹਾਂਜੀ ਹਾਂਜੀ ਗੱਡੀ ਨਹੀਂ ਸੋਲ ਦਾਸਾਂ ਕੋਲ ਆਈ ਹੈ ਹਾਂਜੀ ਅਸਾਂ ਇੱਕ ਇੱਕ ਜ਼ਿਆਂ ਕੋਲ ਬਾਈਕ ਆਈ ਅਸਾਂ ਬਾਈਕ ਕਿੰਨੇ ਇੱਕ ਐਸ ਬਾਈਕਰ ਬਈ ਜੋ ਬੰਦਾ ਤੂੰ ਪਿਆਦਲ ਟੁਰਨਾ ਕੋਲੇ ਵੀਡੀਓ ਬਣਾਈ ਫਿਰ ਬਾਕਿਆ ਨਾਲ ਚੁਣ ਨਹੀਂ ਵਾਕ ਜਿਹੜਾ ਇਹ ਨਾ ਵਾਕ ਕਸਮ ਅੱਲਾ ਨਹੀਂ ਬੁਲ ਸਕਦੀ ਹੈਗਾ ਨਹੀਂ ਬਾਈਕ ਉਹ ਵੀ ਜਿਸਕੋ ਮਸਕਾਨੀ ਇਨਸ਼ਾਅੱਲਾ ਬਾਈਕਰ ਵੀ ਐਕਸਰਸਾਈਜ਼ ਹੋਣੀ ਨਹੀਂ ਬਾਈਕ ਵੀ ਕਿਹਨੀ ਕਿਹਨ ਸਾਂ ਲੇਕਿਨ ਜੇ ਥੋੜਾ ਘੱਟ ਰੋਕੋ ਕਿ ਥੋੜਾ ਸਾਂ ਤੁਸੀਂ ਆਸਤਾ ਕਰੋ ਤੇ ਤੁਸੀਂ ਥੋੜੀ ਗੱਲ ਵੀ ਸਾਂ ਨਾਲ ਕਰਨੇ ਰੋਣਾ ਤੁਸੀਂ ਤੇ ਤੁਸੀਂ ਜ਼ਰੂਰ ਨਹੀਂ ਜਾਣਾ ਬਾਈਕ ਕੀ ਅਸੀਂ ਜਣਾ ਸ਼ਰਵਨ ਤੁਸੀਂ ਤੇ ਚਾਸ ਤੋਂ ਮੈਂ ਜੋਰ ਕਰਦਾ ਆਹੋ ਨਹੀਂ ਬਾਈਕ ਬਾਈਕ ਨੂੰ ਫਾਂਡਰ ਪਾਣ ਲੱਗੀ ਜੈਸੀ ਜੀ ਕੀ ਕਰਨੇ ਹੋ ਜੰਗਲ ਬਾਰਿਸ਼ਾਂ ਦਾ ਮੌਸਮ ਬਣੋ ਜੀ ਉਹਨਾਂ ਦੀ ਕਸ਼ਮੀਰ ਵਾਲੀ ਫੀਲਿੰਗ ਉਹ ਕੋਈ ਮਸਲਾ ਜੀ ਓਹੋ ਕੋਈ ਬਹਿਨੇ ਜਾ ਤਲਾਸ਼ ਕਰੋ ਜੀ ਮੈਂ ਖੋਲਿਆ ਨੀ ਸੀ ਮੈਂ ਮਾਰੋ ਮੋੜੇ ਜਿਹੜੀ ਰੋਡ ਹੀ ਹੈ
वो मिनिया रोडो सारे बंदे बनो जी तको जी सारे आगे पीछे हेल्प करो एक दूसरे नी तरक्की उन्होंने बूटियां इस तरह बनो ये पता नहीं क्या लिखी दा लाया हुआ उसी ने जी ये तक नहीं सो जी क्या लिखा नहीं जी ਇਹ ਕੋਈ ਸੈਟਰੀ ਲਿਆ ਉਸ ਸੀ ਉਸ ਨੂੰ ਨਾਂ ਲਿਖਿਆ ਉਸ ਨੇ ਜੀ ਪ੍ਰਾਈਵੇਟ ਯਾਨੀ ਕਿ ਅੰਦਰ ਨਾ ਜੋ ਹਾਂ ਪ੍ਰਾਈਵੇਟ ਹੈ ਉਹ ਸੀ ਨਾ ਹਾਂ ਇਹ ਕੁਦ ਰਾਈਟੀਆਂ ਜੀ ਅਸਾ ਕੋਈ ਪਤਾ ਨਹੀਂ ਕੁਦ ਰਾਈਟੀਆਂ ਜੀ ਕੋਈ ਜਗ੍ਹਾ ਤੱਕ ਫੀਲਡ ਖੁੱਲੇ ਮਜ਼ੇ ਨਾਲ ਖੁੱਲੀ ਹੈ ਨਾਇਸ ਜੀ ਇਹ ਮੈਂ ਇੱਥੇ ਬੰਦਾ ਗਾੜੀ ਬਾੜੀ ਨਹੀਂ ਜੀ ਨੂੰ ਆਰਾਮ ਨਾਲ ਇਹ ਬੰਦੀ ਹੈ ਜੀ ਅੱਗੇ ਕੋਈ ਬਿਲਡਿੰਗ ਤੇ ਅੱਗੇ ਉਧਰ ਨਾ ਜੁੜੋ ਸੀ ਉਹਨੂੰ ਟਾਈਮ ਬਹੁਤ ਅਸਾਂ ਕੋ ਸ਼ੋਰਟ ਆ ਇਹ ਸ਼ਾਇਦ ਉਹ ਕੋਈ ਰੋਡ ਹੋ ਸੀ ਤਾਂ ਉੱਥੇ ਉਧਰ ਕੋਈ ਨਹੀਂ ਸੰਗੇ ਤਾਂ ਕੀ ਅੱਛਾ ਕਹਨੇ ਜੀ ਤਾਂ ਉੱਥੋਂ ਬਸ ਤੱਕੀ ਤਾਂ ਵਾਪਸ ਚਲੋ ਚਲੋ ਜੀ ਅੱਗੇ ਸੁਣ ਵੀਡੀਓ ਬਣਾਣੀ ਜੋ ਜੀ ਨਾਲ 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 ਆ ਸਾਂ ਜੀ ਉਹਨਾਂ ਕਹ ਜੋ ਸੀ ਗੱਪ ਲੋ ਨਾਲ ਮਾਰੇ ਚਲੋ ਜੀ ਚਲੋ ਜੀ ਜਿਉਂ ਹੀ ਜੀ ਆਸਨ ਗੱਪ ਲਾਈ ਜਾਂ ਆਂ ਦੋ ਗੱਟ हाँ जी चलो जी जान दो अगे आओ और अगे आओ जगह अगे जगह लोड़ने जगह लोड़ने जनी ना मारो बटे कोई पता नहीं होना गुजी भाई चिंता चलो गुजी भाई ਇਹ ਸਾਡੀ ਯਾਦਗਾਰ ਹੈ ਜੀ ਇਨਸ਼ਾਅੱਲਾ ਅਸਾਂ ਤੁਸਾਂ ਕੀ ਨਵੀਆਂ ਨਵੀਆਂ ਚੀਜ਼ਾਂ ਦੱਸਾਂ ਅੱਜ ਜ਼ਿਆਨ ਨਾਲ ਤੇ ਇਹ ਹਮਾਰੇ ਜੋ ਭਾਈ ਹੈ ਕਿਆ ਨਾਮ ਹੈ ਆਪਕਾ ਜੀ ਅਰਸਲਾਨ ਸਦੀਕੀ ਸਾਹਿਬ ਹਮਾਰੇ ਅਰਸਲਾਨ ਭਾਈ ਜੋ ਹੈ ਮਾਰੇ ਮੇਰੀ ਜਾਨ ਹੈ ਦਿਲ ਕਾ ਟੁਕੜਾ ਹੈ ਦਿਲ ਕਾ ਟੋਟਾ ਹੈ ਤੋ ਸਾਰੇ ਬੰਦੇ ਦੱਸੋ ਜੀ ਕਿ ਅਰਸਲਾਨ ਸਾਹਿਬ ਬਹੁਤ ਘਬਰਾਏ ਹੋਏ ਐਵੋ ਨਹੀਂ ਆਏ ਥੋੜ੍ਹੇ ਅਰਸਾ ਪਹਿਲੇ ਕੋਈ ਦੋ ਚਾਰ ਦਿਨ ਪਹਿਲੇ ਆਏ ਪਾਕਿਸਤਾਨ ਚੋਂ ਤਾਂ ਬਹੁਤ ਸਾਰੇ ਬੰਦਿਆਂ ਕੀ ਯਾਦ ਕਰਨੇ ਪਾਕਿਸਤਾਨ ਨੇ ਸਾਰੇ ਬੰਦਿਆਂ ਕੀ ਬਹੁਤ ਯਾਦ ਕਰਨੇ ਕਿਆ ਗੱਲ ਕਰ ਰਹੇ ਹੋ ਜੀ ਇੱਥੋਂ ਅੱਗੇ ਨਾ ਜਾ ਸਕਦੇ ਬਹੁਤ ਪਹਿਲੇ ਕਿਆ ਵਾ ਚਲੋ ਜੀ ਅੱਗੇ ਅਰਸਲਾਨ ਤੇ ਇਹ ਅਰਸਲਾਨ ਸਾਹਿਬ ਸਾਡੇ ਦਿਲ ਨੇ ਟੋਟਾ ਦੇ ਜੀ ਤੇ ਅਮਣੀ ਪਾਕਿਸਤਾਨ ਨੂੰ ਆਏ ਤੇ ਅਰਸਲਾਨ ਸਾਹਿਬ ਤੋਂ ਕੋਈ ਮੈਸੇਜ ਦਿਓ ਜੀ ਆਪਣੇ ਮੋੜੇ ਨੇ ਮੁੰਡਿਆਂ ਕੀ ਪਾਕਿਸਤਾਨ ਦੀ ਜੀ ਦਿਲ ਦਾ ਨਹੀਂ ਗਾਦੋ ਦੇਖੋ ਅੱਜ ਮੈਂ ਅਰਸਲਾਨ ਕੀ ਜੀ ਇਸ ਜਗ੍ਹਾ ਰਹਿੰਦਾ ਅਰਸਲਾਨ ਹੀ ਮੈਂ ਅਰਸਲਾਨ ਤੇ ਜ਼ਿਆਨ ਦੋ ਜੁਲੋ ਮੋੜਾ ਤੁਸੀਂ ਦੱਸਣੇ ਹੋ ਇਹ ਮੋੜੇ ਆਏ ਹੋਏ ਆ ਜੀ ਇਹ ਮੋੜੇ ਨੀ ਜਿਹੜੀ ਉੱਪਰਲੀ ਅਸਾਂ ਨੀ ਹੋਈ ਆ ਨਾ ਠਿੱਲ ਇਹ ਠਿੱਲ ਵਾਲੀ ਰੋਡ ਪਰ ਆਏ ਹੋਏ ਹਾਂ ਅਸਾਂ ਠਿੱਲਾ ਪਰ ਚੜੇ ਹੋਏ ਹਾਂ ਸਮਝੋ ਹਾਂ ਤੁਸਾਂ ਕੀ ਬਹੁਤ ਮਜ਼ਾ ਆਈ ਸੀ ਇਹ ਸਾਰਾ ਵਿਊ ਕਰਸੋ ਜੀ ਸਾਰੇ ਬੰਦੇ ਵਿਊ ਕਰਸੋ ਬਹੁਤ ਸਵਾਦ ਆਈ ਸੀ ਤੁਸਾਂ ਵੀ ਥੈਂਕ ਯੂ ਜਨਾਬ ਮਾੜਾ ਚੈਨਲ ਵਿਊ ਕਰਨੇ ਨਾ ਲਾਈਕ ਕਰਨੇ ਨਾ ਸਬਸਕ੍ਰਾਈਬ ਕਰਨੇ ਨਾ ਅਤੇ ਇੱਕ ਨਵੇਂ ਚੈਨਲ ਇੱਕ ਨਵੇਂ ਵੀਡੀਓ ਵਾਲਾ ਮਿਲਦੇ ਹਾਂ ਅੱਲਾ ਹਾਫਿਜ਼ ਫੀ ਅਮਾਨਿਲਾ ਅੱਲਾ ਹਾਫਿਜ਼